ਬਾਰੇ ਹੀ ਵਿਦਿਆਰਥੀਆਂ ਨੂੰ ਪਿਆਰ ਪਰਿ ਸਤਸਿਆ ਕਾਲ ਜਮਾਤ 10ਵੀਂ ਆਪਾਂ ਪੜਨ ਜਾ ਰਹੇ ਆ ਅੱਜ ਭਾਈ ਸਾਹਿਬ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਸਭ ਤੋਂ ਪਹਿਲਾਂ ਥੋੜਾ ਜੀਵਨ ਬਿਉਰਾ ਉਹਨਾਂ ਬਾਰੇ ਦੇਖ ਲੈਣੇ ਹਾਂ ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਕਵਿਤਾ ਦਾ ਮੋਢੀ ਕਵੀ ਸਵੀਕਾਰਿਆ ਜਾਂਦਾ ਹੈ ਉਹਨਾਂ ਦੀ ਕਵਿਤਾ ਨਾਲ ਪੰਜਾਬੀ ਕਵਿਤਾ ਨਵੇਂ ਦੌਰ ਵਿੱਚ ਦਾਖਲ ਹੁੰਦੀ ਹੈ ਉਹਨਾਂ ਨੇ ਗੁਰਬਾਣੀ ਦੀ ਵਿਚਾਰਧਾਰਾ ਨੂੰ ਆਪਣੀ ਕਵਿਤਾ ਵਿੱਚ ਨਵੇਕਲੇ ਢੰਗ ਨਾਲ ਪੇਸ਼ ਕਰਨ ਦਾ ਯਤਨ ਕੀਤਾ ਹੈ। ਉਹਨਾਂ ਨੇ ਆਪਣੀ ਕਵਿਤਾ ਵਿੱਚ ਕੁਦਰਤ ਪਿਆਰ ਨੂੰ ਵੀ ਦਾਰਸ਼ਨਿਕ ਵਿਚਾਰਾਂ ਰਾਹੀਂ ਸੰਚਾਰਿਤ ਕੀਤਾ ਹੈ। ਭਾਈ ਵੀਰ ਸਿੰਘ ਨੂੰ ਛੋਟੀ ਕਵਿਤਾਵਾਂ ਦਾ ਵੱਡਾ ਕਵੀ ਕਿਹਾ ਜਾਂਦਾ ਹੈ। ਭਾਈ ਵੀਰ ਸਿੰਘ ਦਾ ਜਨਮ ਦਸੰਬਰ 1872 ਈਸਵੀ ਨੂੰ ਡਾਕਟਰ ਚਰਨ ਸਿੰਘ ਜੀ ਦੇ ਘਰੇ ਅੰਮ੍ਰਿਤਸਰ ਵਿਖੇ ਹੋਇਆ। ਭਾਈ ਵੀਰ ਸਿੰਘ ਜੀ ਦੀ ਮਾਤਾ ਦਾ ਨਾਮ ਸ਼੍ਰੀਮਤੀ ਉੱਤਮ ਕੌਰ ਸੀ। 10ਵੀਂ ਤੱਕ ਦੀ ਵਿਦਿਆ ਮਿਸਨ ਹਾਈ ਸਕੂਲ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ 10ਵੀਂ ਦਾ ਇਮਤਿਹਾਨ ਜ਼ਿਲੇ ਚੋਂ ਅਪਲ ਰਹਿ ਕੇ ਪਾਸ ਕਰਨਾ ਪਿਤਾ ਚਰਨ ਸਿੰਘ ਅਤੇ ਨਾਨਾ ਗਿਆਨੀ ਹਜਾਰਾ ਸਿੰਘ ਤੋਂ ਸਹਾਇਤਕ ਚिटਕ ਹਾਸਲ ਕਰਨਾ ਭਾਈ ਵੀਰ ਸਿੰਘ ਜੀ ਦੀ ਪ੍ਰਤਿਭਾ ਦੇ ਖਾਸ ਪਛਾਣ ਚਿੰਨ੍ਹ ਕਹੇ ਜਾ ਸਕਦੇ ਹਨ ਭਾਈ ਵੀਰ ਸਿੰਘ ਨੇ ਵਜ਼ੀਰ ਹਿੰਦ ਪ੍ਰੈਸ ਸਥਾਪਿਤ ਕੀਤੀ ਤੇ ਖਾਲਸਾ ਸਮਾਚਾਰ ਪੱਤਰ ਸ਼ੁਰੂ ਕੀਤਾ ਹੈ ਉਹ ਸਰਬੰਗੀ ਲੇਖਕ ਸਨ ਨਾਵਲ ਨਾਟਕ ਵਾਰਤਕ ਆਦ ਖੇਤਰਾਂ ਵਿੱਚ ਭਾਈ ਸਾਹਿਬ ਨੂੰ ਉੱਚ ਪੱਧਰੀਆਂ ਰਚਨਾਵਾਂ ਦੀ ਸਿਰਜਣਾ ਕੀਤੀ ਪੰਜਾਬੀ ਯੂਨੀਵਰਸਿਟੀ ਵੱਲੋਂ ਡਾਕਟਰ ਆਫ ओरिएंटਲ ਲਰਨਿੰਗ ਦੀ उपाधि ਵਿਧਾਨ ਪ੍ਰੀਸ਼ਦ ਦਾ ਮੈਂਬਰ ਨਾਮਜ਼ਦ ਹੋਣਾ ਭਾਰਤੀ ਸਾਹਿਤ ਅਕਾਦਮੀ ਵੱਲੋਂ ਮੇਰੇ ਸਾਈਆਂ ਜੀਓ ਕਾਵ ਪੁਸਤਕ ਦੇ ਇਨਾਮ ਹਾਸਲ ਕਰਨ ਦੇ ਨਾਲ ਨਾਲ ਭਾਰਤ ਸਰਕਾਰ ਵੱਲੋਂ ਆਪ ਜੀ ਨੂੰ ਪਦਮ ਭੂਸ਼ਣ ਵਰਗ ਵੱਲੋਂ ਦੇ ਕੇ ਗੌਰਵ ਸਾਲੀ ਸਮਾਨ ਨਾਲ ਨਿਵਾਜ਼ਿਆ ਪਦਮ ਪੂਸ਼ਣ ਵਰਗੇ ਗੌਰਵ ਸਾਲੀ ਸਰਮਾਨ ਨਾਲ ਨਿਵਾਜ਼ਿਆ ਜਾ ਚੁੱਕਾ ਹੈ 10 ਜੂਨ 1957 ਨੂੰ ਆਪ ਜੀ ਦਾ ਦਿਹਾਂਤ ਹੋ ਗਿਆ ਭਾਈ ਸਾਹਿਬ ਦੁਆਰਾ ਰਚਿਤ ਮਹਾਕਾਵ ਰਾਣਾ ਸੁਰਜ ਸਿੰਘ ਨਾਲ ਕਲਾਤਮਕ ਮਹਾਕਾਵ ਪਰੰਪਰਾ ਦੀ ਆਧੁਨਿਕ ਪੰਜਾਬੀ ਸਾਹਿਤ ਵਿੱਚ ਸ਼ੁਰੂਆਤ ਹੁੰਦੀ ਹੈ ਲਹਿਰਾਂ ਦੇ ਹਾਰ ਬਿਜਲੀਆਂ ਦੇ ਹਾਰ ਪ੍ਰੀਤ ਵੀਣਾ ਕੰਬ ਦੀ ਕਲਾਈ ਮਟਕ ਹੁਲਾਰੇ ਲਹਿਰ ਹੁਲਾਰੇ ਅਤੇ ਮੇਰੇ ਸਾਈਆਂ ਜੀ ਤੋਂ ਇਲਾਵਾ ਦੀਵਾਨ ਭਾਈ ਵੀਰ ਸਿੰਘ ਆਦ ਆਪ ਦੇ ਵਰਣਨਯੋਗ ਕਾਵ ਸੰਗ੍ਰਹਿ ਹਨ ਭਾਈ ਵੀਰ ਸਿੰਘ ਨੇ ਆਪਣੀ ਕਾਵ ਰਚਨਾ ਰਾਹੀਂ ਪੰਜਾਬੀ ਕਵਿਤਾ ਨੂੰ ਅਮੀਰੀ ਪ੍ਰਦਾਨ ਕੀਤੀ ਇਸ ਪਾਠ ਪੁਸਤਕ ਵਿੱਚ ਵਿਦਿਆਰਥੀਆਂ ਲਈ ਨਮੂਨੇ ਵਜੋਂ ਕੁਝ ਕਾਵ ਰਚਨਾਵਾਂ ਪੇਸ਼ ਕੀਤੀਆਂ ਜਾ ਰਹੀਆਂ ਹਨ ਭਾਈ ਸਾਹਿਬ ਵੀਰ ਸਿੰਘ ਤੋਂ ਸੰਬੰਧਿਤ ਅਗਰ ਤੁਸੀਂ ਹੋਰ ਕੁਝ ਜਾਣਨਾ ਚਾਹੁੰਦੇ ਹੋ ਤਾਂ ਭਾਈ ਸਾਹਿਬ ਭਾਈ ਵੀਰ ਸਿੰਘ ਵਾਲਾ ਜਿਹੜਾ ਆਪਾਂ ਚੈਪਟਰ ਕਰਾਇਆ ਹੈ ਉਹਨਾਂ ਦੀਆਂ ਸਾਰੀਆਂ ਰਚਨਾਵਾਂ ਉਹਨਾਂ ਨੇ ਸਾਰੇ ਜੋ ਕਾਰਜ ਕੀਤੇ ਉਸ ਬਾਰੇ ਬਿਹਤਰੀਨ ਤਰੀਕੇ ਨਾਲ ਸਾਰਾ ਕੁਝ ਦੱਸਿਆ ਗਿਆ ਹੈ ਭਾਈ ਸਾਹਿਤ ਦਾ ਇਤਿਹਾਸ ਜਿਹੜਾ ਕਰਾਇਆ ਉਸ ਦੇ ਅੰਦਰ ਉਹ ਵੀਡੀਓ ਤੁਸੀਂ ਵੇਖ ਸਕਦੇ ਹੋ ਹੁਣ ਆਪਾਂ ਸ਼ੁਰੂ ਕਰਦੇ ਹਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਜਿਹੜੀ ਰਚਨਾ ਹੈ ਕਿਕਰ ਉਸ ਬਾਰੇ ਕਿਕਰ ਕੱਢ ਸ੍ਰੀ ਉੱਪਰ ਨੂੰ ਤੁਰਿਆ ਵੱਲ ਆਕਾਸ਼ਾਂ ਜਾਵਾਂ ਉੱਪਰ ਨੂੰ ਤੱਕਾ ਰਬ ਹੰਨੇ ਝਾਤ ਨਾ ਹੋਰਥ ਪਾਵਾਂ ਸ਼ਹਿਰ ਗिरा ਮਹਿਲ ਨਹੀਂ ਮਾੜੀ ਕੱਲੀ ਢੋਕ ਨਾ ਭਾਰਾਂ ਮੀਂਹ ਹਨੇਰੀ ਗੜੇ ਧੁੱਪ ਵਿੱਚ ਨੰਗੇ ਸਿਰ ਦਿਨ ਕਾਲਾ ਕਾਲਾ ਕਾਲਦਾ ਹੈ ਕਿਕਰ ਜੋ ਹੈ ਉਸ ਦੀ ਗੱਲ ਕੀਤੀ ਹੈ ਭਾਈ ਸਭ ਤੋਂ ਪਹਿਲਾਂ ਪ੍ਰਸੰਗ ਵੇਖਦੇ ਆ ਏਕਾ 17 ਸਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਤ ਸੁਗੰਧੀਆਂ ਵਿੱਚ ਦਰਜ ਭਾਈ ਸਾਹਿਬ ਪਰ ਵੀਰ ਸਿੰਘ ਦੀਆਂ रचना ਕਿਕਰ ਵਿੱਚੋਂ ਲਈਆਂ ਗਈਆਂ ਹਨ ਇਸ ਕਵਿਤਾ ਵਿੱਚ ਭਾਈ ਸਾਹਿਬ ਪਰ ਵੀਰ ਸਿੰਘ ਨੇ ਕਿਕਰ ਦੇ ਰੁਖ ਦਾ ਮਾਨਵਿਕਨ ਮਨੁੱਖੀ ਰੂਪ ਮਾਨਵਿਕਨ ਕੀਤਾ ਹੈ ਕਿਕਰ ਦੇ ਰੁਖ ਦਾ ਕਿਕਰ ਦੇ ਰੁਖ ਦਾ ਮਾਨਵਿਕਨ ਕਰਦੇ ਹੋਏ ਉਸ ਨੂੰ ਉੱਚੀ ਸੋਚ ਰੱਖਣ ਵਾਲੇ ਦਾ ਚਿੰਨ ਬਣਾਉਂਦੇ ਹਨ ਅਤੇ ਉਸ ਨੂੰ ਇਸ ਦੁਨੀਆ ਦੇ ਪਦਾਰਥਾਂ ਤੋਂ ਪਾਸੇ ਹੋ ਕੇ ਰੱਬ ਨਾਲ ਜੁੜਨ ਦੀ ਗੱਲ ਹੈ ਉਹ ਕੀਤੀ ਹੈ ਔਰ ਜੋ ਉਹ ਜ਼ੁਲਮ ਸਹਾਰਦਾ ਹੈ ਉਹਦੇ ਬਾਰੇ ਵੀ ਦੱਸਿਆ ਹੈ ਇਹ ਪ੍ਰਸੰਗ ਹੈ ਵਿਆਖਿਆ ਕਰਨ ਤੋਂ ਪਹਿਲਾਂ ਕੁਝ ਗੱਲਾਂ ਹੋਰ ਕਰ ਲਈਏ ਭਾਈ ਪ੍ਰਸੰਗ ਹੈ ਉਹ ਖਤਮ ਹੋ ਚੁੱਕਿਆ ਹੈ ਭਾਈਸਾਪਾ ਵੀਰ ਸਿੰਘ ਨੇ ਅਗਰ ਪ੍ਰਕਿਰਤੀ ਵਰਣਨ ਵੀ ਕੀਤਾ ਹੈ ਤਾਂ ਉਸ ਵਿੱਚ ਜਿਹੜਾ ਰੰਗ ਹੈ ਉਹ ਅਧਿਆਤਮਕ ਰੰਗ ਹੈ ਹੁਣ ਇਸ ਵਿੱਚ ਵੀ ਇਹਨਾਂ ਨੇ ਕੀ ਕਿਹਾ ਹੈ ਕਿਕਰ ਨੂੰ ਮਨੁੱਖੀ ਰੂਪ ਦੇ ਕੇ ਕਿਹਾ ਹੈ ਕਿ ਤੂੰ ਇਹ ਉੱਚੀ ਸੋਚ ਰੱਖ ਹਰ ਵਿਕਾਰਾਂ ਦਾ ਤਿਆਗ ਕਰਕੇ ਉਸ ਪਰਮਾਤਮਾ ਦੀ ਤਰਫ ਤੁਰਦਾ ਫਿਰ ਕਈ ਦੁੱਖ ਸਹਾਰਨੇ ਪੈਂਦੇ ਆਉਂਦੀ ਵੀ ਗੱਲ ਹੈ ਜੋ ਇਸ ਕਵਿਤਾ ਦੇ ਅੰਦਰ ਕੀਤੀ ਗਈ ਹੈ ਆਓ ਸ਼ੁਰੂ ਕਰੀਏ ਕਿਕਰ ਕੱਢ ਸਿਰੀ ਉੱਪਰ ਨੂੰ ਟੁਰਿਆ ਕਿਕਰ ਦਾ ਰੁਖ ਤੁਸੀਂ ਵੇਖਿਆ ਹੋਵੇਗਾ ਕਿਕਰ ਦੇ ਰੁਖ ਦੀ ਨਾਨ ਗੱਸੀ ਵੀ ਇੱਕ ਇਸ ਤਰੀਕੇ ਨਾਲ ਦੀ ਬਣਤਰ ਹੈ ਕਿ ਐਵੇਂ ਉੱਤੇ ਨੂੰ ਜਾਂਦਾ ਕਿਵੇਂ ਉੱਤੇ ਨੂੰ ਜਾਂਦਾ ਉਹੀ ਗੱਲ ਕੀਤੀ ਹੈ ਕੱਢ ਸਿਰੀ ਉੱਪਰ ਨੂੰ ਟੁਰਿਆ ਜਿਹੜਾ ਸ੍ਰੀਮਨ ਹੈ ਸਿਰ ਟੁਰਿਆ ਮੈ ਟੁਰਿਆ ਕਿੱਕਰ ਦਾ ਜਿਹੜਾ ਰੋਕਾ ਹੈ ਉਹ ਸਿਰ ਕੱਢ ਕੇ ਉੱਪਰ ਨੂੰ ਟੁਰਿਆ ਜਾ ਰਿਹਾ ਹੈ ਕਿਉਂਕਿ ਕਿੱਕਰ ਦਾ ਰਿਖ ਉੱਪਰ ਨੂੰ ਵੱਧਦਾ ਹੈ ਇਨੇ ਹੀ ਜਿਹੜਾ ਮਨੁੱਖ ਹੈ ਅਤੇ ਕਿਕਰ ਦਾ ਮਾਨਵਿਕरण ਕੀਤਾ ਹੈ ਕਿਕਰ ਰੂਪੀ ਮਨੁੱਖ ਹੈ ਉਸ ਨੂੰ ਵੀ ਉੱਪਰ ਦੀ ਤਰਫ ਤੁਰੇ ਜਾਣਾ ਹੈ। ਵੱਲ ਆਕਾਸ਼ ਜਾਣਾ ਆਕਾਸ਼ ਦੀ ਵੱਲ ਜਾਣਾ ਹੈ ਜੇ ਕਿਕਰ ਆਕਾਸ਼ ਦੀ ਵੱਲ ਵੱਧਾ ਹੈ ਉਵੇਂ ਹੀ ਮਨੁੱਖੀ ਰੂਪੀ ਕਿਕਰ ਨੇ ਉਸ ਪਰਮਾਤਮਾ ਦੀ ਵੱਲ ਵਧਣਾ ਹੈ ਪਰਮਾਤਮਾ ਦੀ ਤਰਫ ਜਾਣਾ ਹੈ। ਉੱਪਰ ਨੂੰ ਤੱਕਾ ਰੱਬ ਵੱਨੇ ਉੱਪਰ ਨੂੰ ਰੱਬ ਦੀ ਤਰਫ ਤੱਕ ਰਿਹਾ ਹੈ ਕਿਕਰ ਉੱਪਰ ਨੂੰ ਰੱਬ ਦੀ ਤਰਫ ਤੱਕ ਰਿਹਾ ਹੈ ਝਾਤ ਨਾ ਹੋਰ ਤਪਾਵਾਂ ਹੋਰ ਕਿਸੇ ਪਾਸੇ ਉਹ ਝਾਤ ਨਹੀਂ ਪਾ ਰਿਹਾ ਝਾਤ ਮਾਰੇ ਝਾਤੀ ਮਾਰਨਾ ਵੇਖਣਾ ਹੋਰ ਕਿਸੇ ਪਾਸੇ ਝਾਤ ਨਹੀਂ ਮਾਰ ਰਿਹਾ ਕਹਿਣ ਦਾ ਭਾਵ ਕਿ ਮਨੁੱਖ ਨੂੰ ਵੀ ਸਿਰਫ ਰੱਬ ਦੀ ਤਰਫ ਦੇਖਣਾ ਚਾਹੀਦਾ ਹੈ ਹੋਰ ਕਿਸੇ ਤਾਂ ਝਾਤ ਨਹੀਂ ਮਾਰਨੀ ਚਾਹੀਦੀ ਹੋਰ ਕਿਸੇ ਵੱਲ ਵੇਖਣਾ ਨਹੀਂ ਚਾਹੀਦਾ ਸ਼ਹਿਰ ਗिरा ਮਹਿਲ ਨਹੀਂ ਮਾੜੀ ਕੱਲੀ ਢੋਕ ਨਾ ਭਾਲਾ ਮਨੂੰ ਸ਼ਹਿਰ ਨਹੀਂ ਚਾਹੀਦਾ ਗिरा ਪਿੰਡ ਮਨੂੰ ਪਿੰਡ ਨਹੀਂ ਚਾਹੀਦਾ ਮਹਿਲ ਮਾੜੀਆਂ ਮਨੂੰ ਮਹਿਲ ਮਾੜੀਆਂ ਵੀ ਨਹੀਂ ਚਾਹੀਦੀਆਂ ਭਾਈ ਮਹਿਲ ਮਾੜੀ ਵੀ ਨਹੀਂ ਚਾਹੀਦੀ ਕੁਝ ਵੀ ਨਹੀਂ ਚਾਹੀਦਾ ਨਾ ਸ਼ਹਿਰ ਨਾ ਪਿੰਡ ਨਾ ਮਹਿਲ ਨਾ ਮਾੜੀ ਕੁਝ ਵੀ ਨਹੀਂ ਕੱਲੀ ਢੋਕ ਨਾ ਭਾਲਾ ਢੋਕ ਮਾਨੈ ਵਸੇਬਾ ਬਸਤੀ ਮਨੋਂ ਬਸਤੀ ਵੀ ਨਹੀਂ ਚਾਹੀਦੀ ਇਸੇ ਤਰ੍ਹਾਂ ਜਿਹੜਾ ਮਨੋਖਾ ਹੈ ਉਹ ਸ਼ਹਿਰ ਗਰਾਮ ਮਹਿਲ ਮਾੜੀ ਟੋਕ ਵਸੇਬਾ ਇਸ ਨੂੰ ਨਾ ਪਾਲੇ ਰੱਬ ਨੂੰ ਪਾਲ ਲੈ ਰੱਬ ਨੂੰ ਮੀਹ ਹਨੇਰੀ ਗੜੇ ਧੁੱਪ ਵਿੱਚ ਮੀਂਹ ਪੈ ਰਿਹਾ ਹਨੇਰੀ ਪੈ ਰਹੀ ਹੈ ਗੜੇ ਪੈ ਰੇ ਹੈ ਧੁੱਪ ਪੈ ਰਹੀ ਹੈ ਭਾਈ ਕਿਕਰ ਦੇ ਉੱਤੇ ਮੀਹ ਹਨੇਰੀ ਗੜੇ ਧੁੱਪ ਵਿਚ ਨੰਗੇ ਸਿਰ ਦਿਨ ਕਾਲਾ ਮੀਹ ਨੇਰੀ ਮੀ ਪਵੇ ਹਨੇਰੀ ਪਵੇ ਗੜੇ ਧੁੱਪ ਦੇ ਵਿੱਚ ਨੰਗੇ ਸਿਰ ਖੜਾ ਉੱਪਰ ਦੀਵਲ ਤੱਕ ਰਿਆ ਭਈ ਕਾਲਾ ਕਾਲਣ ਰਿਆ ਨੰਗੇ ਸਿਰ ਹੈ ਜੋ ਦਿਨ ਟਪਾ ਰਿਆ ਹੈ ਕਈ ਸੇ ਤਰੀਕੇ ਹਨ ਮਨੁੱਖ ਦੇ ਉੱਤੇ ਕੋਈ ਵੀ ਔਕੜਾ ਆਉਣ ਉਹ ਔਕੜਾ ਨੂੰ ਸਹਾਰਦਾ ਹੋਇਆ ਉਸਨੇ ਤਾਂ ਸਿਰਫ ਔਰ ਸਿਰਫ ਪਰਮਾਤਮਾ ਦੀ ਤਰਫ ਹੀ ਧਿਆਨ ਧਰਨਾ ਹੈ ਜਿਵੇਂ ਕਿਕਰ ਨੇ ਕਰਿਆ ਹੋਇਆ ਹੈ ਲੋ ਅਰਸ਼ਾਂ ਦੇ ਵਾਲੀ ਵੰਨੇ ਲੋ ਅਰਸ਼ਾਂ ਦੇ ਵਾਲੀ ਵੰਨੇ ਅਰਸ਼ਾਂ ਦਾ ਵਾਲੀ ਪਰਮਾਤਮਾ ਅਰਸ਼ਾਂ ਦਾ ਵਾਲੀ ਪਰਮਾਤਮਾ ਕਿੱਕਰਦਾਰੁਖ ਕਹਿੰਦਾ ਹੈ ਕਿ ਮਨ ਨੂੰ ਤਾਂ ਅਰਸਾਂ ਦੇ ਮਾਲਕ ਪ੍ਰਭੂ ਦੇ ਮਿਲਾਪ ਦੀ ਇੱਛਾ ਹੈ ਹੋਰ ਲਾਲਸਾ ਨਹੀਂ ਮਨ ਨੂੰ ਹੋਰ ਕੋਈ ਲਾਲਚ ਨਹੀਂ ਹੈ ਲਾਲਸਾ ਲਾਲਚ ਮਨ ਨੂੰ ਹੋਰ ਕੋਈ ਲਾਲਚ ਨਹੀਂ ਹੈ ਮੈਂ ਤਾਂ ਅਰਸਾਂ ਵਾਲੀ ਲੋਹ ਜਿਹੜੀ ਜੋਤ ਹੈ ਅਰਸਾਂ ਵਾਲੀ ਲੋ ਮੈਂ ਉਸ ਪਰਮਾਤਮਾ ਦੀ ਤਰਫ ਮੇਰਾ ਧਿਆਨ ਹੈ ਮਨ ਨੂੰ ਹੋਰ ਕੋਈ ਲਾਲਚ ਨਹੀਂ ਹੈ ਮਨ ਨੂੰ ਤਾਂ ਉਸ ਪਰਮਾਤਮਾ ਦੀ ਲੋ ਮਿਲ ਜੇ ਪਰਮਾਤਮਾ ਮਿਲ ਜੇ ਮਨ ਨੂੰ ਹੋਰ ਕੋਈ ਲਾਲਚ ਨਹੀਂ ਹੈ ਗੱਠ ਥਾਂ ਧਰਤੀ ਤੇ ਲਿੱਤੀ ਉਹਨੇ ਗੱਠ ਪਰ ਥਾਂ ਧਰਤੀ ਦੇ ਉੱਤੇ ਲਿੱਤੀ ਐ ਜਿਆਦਾ ਨਹੀਂ ਮਲਿਆ ਬੰਦਾ ਕੀ ਕਰਦਾ ਬੰਦੇ ਦੀ ਆਤ ਤਾਂ ਮਾਹੀ ਲੈ ਲਾ ਆ ਵੀ ਲੈ ਲਾ ਵੱਡੀ ਤੋਂ ਵੱਡੀ ਜ਼ਮੀਨ ਦਾ ਮਾਲਕ ਬਣ ਜਾ ਜਗਾ ਮਲ ਲਵਾ ਆਹ ਸੋਚ ਨਹੀਂ ਐ ਕਿ ਕਰਦੀ ਔਰ ਕਿਕਰ ਵਾਂਗੋ ਹੀ ਮਨੁੱਖ ਨੂੰ ਵੀ ਆ ਸੋਚ ਰੱਖਣੀ ਚਾਹੀਦੀ ਹੈ ਬਸ ਜਿੰਨਾ ਖਸਰੀ ਜਾਂਦਾ ਓਨਾ ਕ ਰੱਖ ਲਓ ਜਿਆਦਾ ਥਾਂ ਦੀ ਲਾਲਚ ਨਾ ਕਰੋ ਗੱਠ ਥਾਂ ਧਰਤੀ ਤੇ ਲਿੱਤੀ ਕਹਿੰਦਾ ਮੈਂ ਤਾਂ ਥੋੜੀ ਜੀ ਥਾਂ ਧਰਤੀ ਦੇ ਉੱਤੇ ਲਿੱਤੀ ਐ ਵਧਾ ਟਿਕਾਂ ਇਸ ਮਾਹੀ ਇਸ ਦੇ ਅੰਦਰ ਹੀ ਮੈਂ ਵਧਦਾ ਹਾਂ ਟਿਕਦਾ ਹਾਂ ਟਿਕਾ ਰਹਿਣਾ ਹਾਂ ਇਸੀ ਦੇ ਅੰਦਰ ਮਾਹੀ ਮਨੈ ਇਸੀ ਅੰਦਰ ਵਧਦਾ ਹੈ ਟਿਕਾ ਰਹਿੰਦਾ ਤੁਸੀਂ ਕਿਕਰ ਦਾ ਬੂਟਾ ਕਿੱਥੇ ਵੀ ਲਾ ਦੋ ਉੱਥੇ ਹੀ ਬੱਸ ਗੇਟਕ ਪਰ ਥਾਂ ਦੇ ਅੰਦਰ ਤੁਸੀਂ ਲਾਓਗੇ ਜਦ ਜਦ ਇੰਨੀ ਥਾਂ ਮੰਨ ਲੂਗਾ ਐਸ ਤੋਂ ਥੋੜੀ ਵੱਧ ਮੰਨ ਲੇਗਾ ਥਾਂ ਪਰ ਉੱਥੇ ਹੀ ਕੀ ਕਹਿੰਦੇ ਆ ਕਿ ਉਹ ਉੱਪਰ ਦੀ ਤਰਫ ਜਾਏਗਾ ਇਵੇਂ ਹੀ ਬੰਦੇ ਨੂੰ ਵੀ ਬੰਦੇ ਨੂੰ ਵੀ ਕੀ ਬਾਤ ਥੋੜੀ ਜੀ ਥਾਂ ਮੰਨ ਲਓ ਉੱਥੇ ਹੀ ਬਸ ਪ੍ਰਮਾਤਮਾ ਦਾ ਨਾਮ ਜਪੋ ਐਵੇਂ ਨਹੀਂ ਮੈਂ ਆ ਕਰ ਲਾਂ ਆ ਕਰ ਲਾਂ ਇਹ ਵਧਾਲਾ ਆਪਣੀ ਥਾਂ ਤੋਂ ਥਾਂ ਹੋਰ ਤੋਰ ਤੋਂ ਮਲਕੀਅਤ ਵਧਾਣ ਤੇ ਜ਼ੋਰ ਦਵੇ ਨਹੀਂ ਫੁੱਲਾ ਫੱਲਾ ਖਿੜਾ ਰਸ ਚੌਂਵਾ ਉੱਥੇ ਹੀ ਬਸ ਉਹ ਨਹੀਂ ਜਿੱਥੇ ਕਿਕਰ ਕੀ ਕਰਦਾ ਫੁੱਲਦਾ ਹੈ ਵੱਡਾ ਹੁੰਦਾ ਹੈ ਫਲ ਲੱਗਦੇ ਨੇ ਖਿੜਦਾ ਹੈ ਰਸ ਦਾ ਚੌਂਦਾ ਸਵਾਦ ਆਂਦਾ ਰਹੇ ਅਛੂਤ ਟੁਰ ਜਾਵਾ ਔਰ ਅਛੂਤ ਰਹਿ ਕੇ ਹੀ ਤੁਰ ਜਾਂਦਾ ਹੈ ਭਈ ਅਛੂਤ ਰਹਿ ਕੇ ਹੀ ਉਹ ਤੁਰ ਜਾਂਦਾ ਹੈ ਇਹੀ ਹੈ ਕਿ ਕਰਦਾ ਗੱਲ ਭਈ ਕੋਈ ਸਿਆਪਾ ਨਹੀਂ ਕਿਸੇ ਪ੍ਰਕਾਰ ਦਾ ਵੀ ਕਿਸੇ ਪ੍ਰਕਾਰ ਦਾ ਕੋਈ ਨਹੀਂ ਮੈਂ ਫਲਦਾ ਫੁਲਦਾ ਖਿਰਦਾ ਤੇ ਰਸ ਕੜਦਾ ਹਾਂ ਤੇ ਸੰਸਾਰ ਦੀਆਂ ਭੈੜੀਆਂ ਗੱਲਾਂ ਤੋਂ ਪਾਸੇ ਰਹਿ ਕੇ ਚਲਦਾ ਰਹਿ ਅਛੋ ਤੁਰ ਜਾਵਾਂ ਸੰਸਾਰ ਦੀਆਂ ਭੈੜੀਆਂ ਗੱਲਾਂ ਤੋਂ ਪਾਸੇ ਰਹਿ ਕੇ ਤੁਰ ਜਾਵਾਂ ਐਵੇਂ ਜਿਹੜਾ मनुख रूपी किकर है बस फलो फुले खिड़े आनंद माने नजारे लो एस जून दे परमात्मा ਨਾਲ ਜੁੜੋ ਰੇ ਅਛੋਤ ਔਰ ਦੁਨੀਆਵੀ ਵਿਕਾਰਾਂ ਤੋਂ ਪਰਾਂ ਰੋ ਔਰ ਬਸ ਟੁਰ ਜਾਓ ਇਵੇਂ ਹੀ परमात्मा ਚਲੇ ਜਾਓ ਟੁਰ ਜਾਓ ਬਈ ਇੱਥੋਂ ਵਿਦਾ ਹੋ ਲਈ ਕੁੱਲੀ ਗੁੱਲੀ ਜੁੱਲੀ ਸਭ ਨੂੰ ਚਾਹੀਦੀ ਹੈ ਭਈ ਸਾਰਿਆਂ ਨੂੰ ਉਹੀ ਕੁੱਲੀ ਗੁੱਲੀ ਜੁੱਲੀ ਆ ਜਿਹੜੀ ਸਾਰੇ ਮੰਗਦੇ ਐ ਭਈ ਕੁੱਲੀ ਗੁੱਲੀ ਜੁੱਲੀ ਦੁਨੀਆ ਬਿਨ ਮੰਗੇ ਮਰ ਜਾਵਾ ਕੁੱਲੀ ਕਰ ਕੁੱਲੀ ਰਾਂ ਲੈ ਕੁੱਲੀ ਭਈ ਕਰ ਗੁੱਲੀ ਗੁੱਲੀ ਬਈ ਗੁੱਲੀ ਰੋਟੀ ਹੋਰ ਜੁੱਲੀ ਜੁੱਲੀ ਬਿਸਤਰਾ ਸਰੀਰ ਤੇ ਟੱਕਣ ਲਈ ਤਨ ਕਹਿੰਦਾ ਜੀ ਕੁੱਲੀ ਘਰ ਗੁੱਲੀ ਰੋਟੀ ਜੁੱਲੀ ਸਰੀਰ ਟੱਕਣ ਲਈ ਕਪੜਾ ਜੁੱਲੀ ਰਜਾਈ ਨੂੰ ਵੀ ਕਹ ਦਿੰਦੇ ਆ ਦੁਨੀਆ ਤਾਂ ਇਹ ਭਾਲਦੀ ਏ ਭਾਈ ਉਹਨੂੰ ਕੁੱਲੀ ਗੁੱਲੀ ਜੁੱਲੀ ਚਾਹੀਦੀ ਆ ਔਰ ਕੁੱਲੀ ਗੁੱਲੀ ਤੇ ਜੁੱਲੀ ਜੋੜਨ ਵਿੱਚ ਬੰਦਾ ਲੱਗਿਆ ਰਹਿੰਦਾ ਹੈ ਗੁੱਲੀ ਗੁੱਲੀ ਜੁੱਲੀ ਦੁਨੀਆ ਬਿਨ ਮੰਗੇ ਮਰ ਜਾਵਾ ਹੋਏ ਕਿਕਰ ਹੈ ਕਿਕਰ ਹੈ ਜਿਹੜਾ ਕਿਕਰ ਨੂੰ ਨਾ ਹੀ ਤਾਂ ਘਰ ਚਾਹੀਦਾ ਨਾ ਹੀ ਰੋਟੀ ਚਾਹੀਦੀ ਹੈ ਨਾ ਹੀ ਕੋਈ ਕੱਪੜਾ ਉੱਪਰ ਉੱਪਰ ਓਢਣ ਵਾਸਤੇ ਚਾਹੀਦਾ ਹੈ ਭਾਈ ਇਹ ਬਿਨਾ ਮੰਗੇ ਹੀ ਮਰ ਜਾਂਦਾ ਚਲਾ ਜਾਂਦਾ ਹੈ ਇਹ ਇਹਨਾਂ ਚੀਜ਼ਾਂ ਦੀ ਮੰਗ ਨਹੀਂ ਕਰਦਾ ਇਹਨਾਂ ਚੀਜ਼ਾਂ ਦੀ ਮੰਗ ਨਹੀਂ ਕਰਦਾ ਕਿਕਰ ਨਹੀਂ ਤਾਂ ਪੀਵਾ ਪਾਣੀ ਦੁਨੀਆ ਕਹਿੰਦਾ ਮੈਂ ਤਾਂ ਬਸ ਮੀਹ ਦਾ ਪਾਣੀ ਮੈਨੂੰ ਚਾਹੀਦਾ ਉਹ ਮੈਂ ਪੀ ਕੇ ਕੌਣ ਪੱਕ ਕੇ ਜੀਵਾ ਔਰ ਹਵਾ ਖਾ ਕੇ ਜੀਣਾ ਹ ਮੀਧਾ ਪਾਣੀ ਪੀ ਕੇ ਹਵਾ ਖਾ ਕੇ ਮੈਂ ਜਿਉਂਦਾ ਹਾਂ ਇਵੇਂ ਹੀ ਆਪਾਂ ਬੜੀਏ ਘੱਟ ਤੋਂ ਘੱਟ ਜ਼ਰੂਰਤਾਂ ਨਾਲ ਘੱਟ ਤੋਂ ਘੱਟ ਜ਼ਰੂਰਤਾਂ ਨਾਲ ਆਪਣਾ ਜੀਵਨ ਜੀਓ ਨਾ ਕਿ ਬਹੁਤ ਵੱਡੀਆਂ-ਵੱਡੀਆਂ ਖਵਾਇਸ਼ਾਂ ਲੈ ਕੇ ਖਵਾਇਸ਼ਾਂ ਦੇ ਭਾਰ ਥਲੇ ਦਬ ਕੇ ਮਰ ਜਾਓ ਇਹੋ ਜਿਹਾ ਜੀਵਨ ਜਿਹਦਾ ਕਿਕਰ ਦਾ ਜੀਵਨ ਹੈ ਉਹ ਜੀਵਨ ਜੀਵਨ ਚੌਣ ਦੇ ਬਾਰੇ ਭਾਈ ਸਾਹਿਬ ਵੀਰ ਸਿੰਘ ਜੀ ਮਨੁੱਖ ਨੂੰ ਕਹਿੰਦੇ ਆ ਸਦੀਆਂ ਤੋਂ ਸਥਿਤ ਮੈਂ ਜੋਗੀ ਕਿਕਰ ਕਹਿ ਰਿਹਾ ਮੈਂ ਸਦੀਆਂ ਤੋਂ ਮੈਂ ਜੋਗੀ ਦੇ ਰੂਪ ਚ ਸਦੀ ਵੀ ਸਦੀਆਂ ਇਵੇਂ ਟਿਕਾਵਾਂ ਸਦੀਆਂ ਤੋਂ ਸਥਿਤ ਮੈਂ ਜੋਗੀ ਮੈਂ ਜੋਗੀਆਂ ਵਾਂਗ ਇੱਕ ਹੀ ਜਗ੍ਹਾ ਤੇ ਸਥਿਤਾ ਹੈ ਖੜਾ ਹਾਂ ਕਿਕਰ ਤੁਸੀਂ ਵੇਖ ਲਓ ਜਿਸ ਟਿਕਾਣੇ ਤੁਸੀਂ ਲਾਤਾ ਵੱਡਾ ਹੋਊਗਾ ਉੱਥੇ ਰਹੂਗਾ ਐਵੇਂ ਨਹੀਂ ਕਿ ਤੁਸੀਂ ਅਗਲੇ ਦਿਨ ਆਓ ਅਗਲੇ ਘਰੇ ਟੱਪ ਜੇ ਦੂਜੇ ਦਿਨ ਦੂਜੇ ਘਰੇ ਟੱਪ ਜੇ ਨਾ ਕਹਿੰਦਾ ਮੈਂ ਜੋਗਿਆ ਮਨ ਇੱਕ ਹੀ ਜਗ੍ਹਾ ਤੇ ਖੜਾ ਸਦੀਆਂ ਤੋਂ ਆਹੀ ਮੇਰਾ ਟਿਕਾਣਾ ਹੈ ਸਦੀਆਂ ਇਵੇਂ ਟਿਕਾਵਾ ਸਦੀਆਂ ਤੋਂ ਹੀ ਮੈਂ ਐਵੇਂ ਟਿਕਿਆ ਹੋਇਆ ਹਾਂ ਛੇੜਾ ਛੇੜ ਕਰਾਵਾ ਨਹੀਂ ਮੈਂ ਨਾ ਤਾਂ ਕਿਸੇ ਨੂੰ ਛੇੜਦਾ ਔਰ ਨਾ ਹੀ ਕਿਸੇ ਨਾਲ ਛੇੜ ਕਰਾਨਾ ਛੇੜਾ ਛੇੜ ਕਰਾਵਾ ਨਹੀਂ ਮੈਂ ਕਿਸੇ ਨਾਲ ਕੋਈ ਛੇੜਖਾਨੀ ਨਹੀਂ ਕਰਦਾ ਨਾ ਹੀ ਕਿਸੇ ਤੋਂ ਛੇੜ ਕਰਾਉਂਦਾ ਹਾਂ ਹਾਂ ਵਿਰक्त ਨਿਰਗੁਣਿਆ ਮੈਂ ਵਿਰਖਤ ਹਾਂ ਬੈਰਾਗੀ ਹਾਂ ਨਿਰਗੁਣਿਆ ਹਾਂ ਮੈਂ ਇੱਕ ਉਦਾਸੀ ਹਾਂ ਗੁਣਹੀਨਾ ਮੇਰੇ ਜੋਗਾ ਬੀਤੈ ਪੱਲੇ ਪਰ ਇਹ ਦੁਨੀਆ ਫਿਰ ਵੀ ਕੀ ਕਰਦੀ ਆ ਹਾਏ ਕੋਹਾੜਾ ਦੁਨੀਆ ਫਿਰ ਵੀ ਮੇਰੇ ਉੱਤੇ ਕੋਹਾੜਾ ਚਲਾਉਂਦੀ ਹੈ ਮੇਰੇ ਜੋਗੀ ਬੀਤੈ ਪੱਲੇ ਮੇਰੇ ਪੱਲੇ ਜੋਗ ਹੈ ਭਾਈ ਮੇਰੇ ਪੱਲੇ ਜੋਗ ਹੈ ਮਨ ਨੂੰ ਹੋਰ ਕੁਝ ਨਹੀਂ ਚਾਹੀਦਾ ਹਾਂ ਵਿਰਕਤ ਨਿਰਗੁਣੀਆਂ ਮੇਰੇ ਜੋਗਾ ਬੀਤੇ ਪੱਲੇ ਮੇਰੇ ਕੋਲ ਤਾਂ ਸਿਰਫ ਔਰ ਸਿਰਫ ਵਿਰਾਗ ਤੇ ਨਿਰਗੁਣ ਹਾਂ ਹੋਰ ਕੁਝ ਮੇਰੇ ਪੱਲੇ ਨਹੀਂ ਹੈ ਭਾਈ ਪਰੰਤੂ ਫਿਰ ਵੀ ਹਾਏ ਕੋਹਾੜਾ ਦੁਨੀਆ ਪਰੰਤੂ ਫਿਰ ਵੀ ਦੁਨੀਆ ਦਾ ਕੋਹਾੜਾ ਹੈ ਜਿਹੜਾ ਇੱਕ ਦਿਨ ਕਿਕਰ ਨੂੰ ਕਹਾ ਕੁਹਾੜੀ ਦੇ ਨਾਲ ਵੱਡਿਆ ਜਾਣਾ ਹੈ ਉਹ ਕੁਹਾੜਾ ਹੈ ਦੁਨੀਆ ਦੇ ਲੋਕ ਜਿਹੜੇ ਕੁਹਾੜਾ ਲੈਣਗੇ ਕਿਕਰ ਨੂੰ ਵੱਡ ਦੇਣਗੇ ਪਰ ਫਿਰ ਵੀ ਦੁਨੀਆ ਉਸ ਨਾਲ ਕਦੇ ਵੀ ਚੰਗਾ ਸਲੂਕ ਨਹੀਂ ਕਰਦੀ ਦੁਨੀਆ ਉਸ ਨਾਲ ਚੰਗਾ ਸਲੂਕ ਨਹੀਂ ਕਰਦੀ ਇੱਕ ਦਿਨ ਕਿਕਰ ਵੀ ਆਇਆ ਵੱਡਿਆ ਜਾਂਦਾ ਹੈ ਮਰ ਜਾਂਦਾ ਹੈ ਉਹ ਵੀ ਮਨੁੱਖ ਹੈ ਉਸਨੇ ਵੀ ਚਲਾ ਜਾਣਾ ਹੈ ਦੁਨੀਆ ਤੁਹਾਡੇ ਨਾਲ ਚੰਗਾ ਸਲੂਕ ਕਰੇ ਨਾ ਕਰੇ ਪਰ ਤੁਸੀਂ ਆਪਣੇ ਆਪ ਨਾਲ ਚੰਗਾ سلوਕ ਕਰਨਾ ਹੈ ਔਰ ਉਸ ਪਰਮਾਤਮਾ ਨੂੰ ਧਿਆਉਣਾ ਹੈ ਔਰ ਸਭ ਨੂੰ ਮਾਫ ਕਰ ਦੇਣਾ ਹੈ ਭਾਈ ਕਿਕਰ ਵੀ ਤਾਂ ਮਾਫ ਕਰ ਦਿੰਦਾ ਹੈ ਕਿਹੜਾ ਬਦਲਾ ਲੈਂਦਾ ਹੈ ਕਿਕਰ ਕਵਤਾ ਰਾਹੀਂ ਇਹਦਾ ਸੰਖੇਪ ਸਾਰ ਕਰ ਲੈਣੇ ਆ ਭਾਈ ਵਿਸ਼ਾ ਵਸਤੂ ਵੀ ਦੇਖ ਲੈਣੇ ਆ ਕਿਕਰ ਕਵਤਾ ਭਾਈ ਸਾਹਿਬ ਭਾਈ ਵੀਰ ਸਿੰਘ ਦੀ ਔਰ ਇਸ ਵਿੱਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਆਗਦੇ ਨੇ ਕਿਕਰ ਦਾ ਮਨੁੱਖੀਕਰਨ ਕਰਦੇ ਹੋਏ ਭਾਈ ਉੱਪਰ ਤੁਰਿਆ ਜਾ ਰਿਹਾ ਹੈ ਆਕਾਸ਼ਾਂ ਦੇ ਵੱਲ ਰੱਬ ਨੂੰ ਬਸ ਚਾਹਤ ਹੈ ਹੋਰ ਕੁਝ ਨਹੀਂ ਦੇਖਣਾ ਚਾਹਦਾ ਸਹਿਰ ਗਰਾ ਮਹਿਲ ਮਾੜੀ ਟੋਕ ਇਹ ਕੁਝ ਨਹੀਂ ਪੜਦਾ ਐਵੇਂ ਮਨੁੱਖ ਹੈ ਜਿਹੜਾ ਬਸ ਉਹ ਵੀ ਰੱਬ ਨੂੰ ਯਾਦ ਕਰੇ ਉਹਦਾ ਧਿਆਨ ਰੱਬ ਵੱਲ ਹੋਵੇ ਮਹਿਲ ਮਾੜੀਆਂ ਤੋਂ ਉੱਚਾ ਉੱਠੇ ਜਵੇਂ ਉਮੀ ਹਨੇਰੀ ਗੜੇ ਧੁੱਪ ਵਿੱਚ ਨੰਗੇ ਸਿਰ ਕਾਲਾ ਕਾਲਦਾ ਹੈ ਐਵੇਂ ਮਨੁੱਖ ਵੀ ਮੀਹ ਹਨੇਰੀ ਦੇ ਵਿੱਚ ਚੱਲਦਾ ਜਾਵੇ ਭਾਈ ਪਰ ਉਸ ਪਰਮਾਤਮਾ ਨੂੰ ਪੌਣ ਤਲਾਵਾ ਕੋਈ ਲਾਲਸਾ ਨਹੀਂ ਥੋੜੀ ਜੀ ਥਾਂ ਮੱਲੇ ਔਰ ਉਸੇ ਵਿੱਚ ਵੱਧੇ ਫੁੱਲੇ ਐਵੇਂ ਹੀ ਸਬਰ ਸੰਤੋਖ ਵਾਲਾ ਜੀਵਨ ਮਨੁੱਖ ਵਿਚਾਰੇ ਮਨੁੱਖ ਵਿਚਾਰੇ ਪਈ ਜੀਵੇ ਫੁੱਲ ਫਲ ਰਸਾਂ ਦਾ ਆਨੰਦ ਮਾਣੀ ਹਮੇਸ਼ਾ ਵਿਕਾਰਾਂ ਤੋਂ ਛੋਟ ਰਹਿ ਕੇ ਤੁਰ ਜਾਂਦਾ ਹੈ ਗੁੱਲੀ ਗੁੱਲੀ ਜੁੱਲੀ ਦੀ ਕਿਸੇ ਪ੍ਰਕਾਰ ਦੀ ਕੋਈ ਲਾਲਚ ਨਹੀਂ ਮੀਂਹ ਦਾ ਪਾਣੀ ਪੀ ਕੇ ਪੌਣ ਦੀ ਹਵਾ ਖਾ ਕੇ ਜੀ ਰਿਹਾ ਐਸੀ ਨਾਲ ਘੱਟ ਤੋਂ ਘੱਟ ਵਸਤੂਆਂ ਨਾਲ ਗੁਜ਼ਾਰਾ ਕਰੋ ਪਰ ਸਦੀਆਂ ਤੋਂ ਜਵੇਂ ਜੋਗੀ ਇਕ ਥਾਂ ਟਿਕਾਣੇ ਤੇ ਰਹਿੰਦੇ ਆਵੇਂ ਹੀ ਆ ਟਿਕਾਣੇ ਤੇ ਰਵੇ ਵਿਰਕਤ ਤੇ ਨਿਰਗੁਣ ਬਣਿਆ ਰਹੇ ਔਰ ਜੋਗ ਨੂੰ ਕਮਾਵੇ ਰੱਬ ਨੂੰ ਕਮਾਵੇ ਪਈ ਔਰ ਅਖੀਰ ਦੇ ਵਿੱਚ ਇੱਕ ਦਿਨ ਮੈਂ ਇੱਕ ਉਦਾਸੀ ਅਤੇ ਗੁਣਹੀਨ ਹਾਂ ਪਰ ਇਹ ਦੁਨੀਆ ਫਿਰ ਵੀ ਮੈਨੂੰ ਕਹਾੜੇ ਨਾਲ ਮਾਰਦੀ ਹੈ ਉਹ ਸਭ ਪਦਾਰਥਾਂ ਤੋਂ ਪਾਸੇ ਹੈ ਪਰ ਦੁਨੀਆ ਉਸ ਨਾਲ ਕਦੇ ਵੀ ਚੰਗਾ ਸਲੂਕ ਨਹੀਂ ਕਰਦੀ ਇਸ ਦੁਨੀਆ ਕੋਲੋਂ ਮੇਰੇ ਲਈ ਕਹਾੜਾ ਹੀ ਹੈ ਕੀ ਮੇਰੇ ਪੈਰਾਂ ਵਿੱਚ ਮਾਰ ਕੇ ਮੈਨੂੰ ਵੜਦੀ ਹੈ ਦੁਨੀਆ ਨੇ ਤਾਂ ਸਲੂਕ ਕਰਨਾ ਹੈ ਤੁਹਾਡੇ ਨਾਲ ਇਹ ਜੋ ਗੱਲਾਂ ਨੇ ਦਸੀਆਂ ਨੇ ਹੁਣ ਕੇਂਦਰੀ ਭਾਵ ਦੀ ਗੱਲ ਕਰ ਲੈਨੇ ਆ ਕਿਕਰ ਕਵਤਾ ਭਾਈ ਸਾਹਿਬ ਭਾਈ ਵੀਰ ਸਿੰਘ ਦੀ ਰਚਨਾ ਹੈ ਰੱਬ ਦੇ ਪਿਆਰੇ ਕਿਕਰ ਵਾਂਗ ਰੱਬ ਦੇ ਪਿਆਰੇ ਕਿਕਰ ਵਾਂਗ ਇਸ ਦੁਨੀਆ ਤੋਂ ਪਾਸੇ ਰਹਿ ਕੇ ਅਤੇ ਦੁਨੀਆ ਦੇ ਪਦਾਰਥਾਂ ਤੇ ਝੰਝਟਾਂ ਤੋਂ ਪਾਸੇ ਰਹਿ ਕੇ ਕੇਵਲ ਇੱਕ ਪ੍ਰਭੂ ਦੀ ਲਗਨ ਵਿੱਚ ਆਪਣੇ ਮਨ ਨੂੰ ਜੋੜੀ ਰੱਖਦੇ ਹੈ ਪਰ ਦੁਨੀਆ ਉਹਨਾਂ ਨੂੰ ਦੁੱਖ ਦਿੰਦੀ ਹੈ ਪਰ ਉਹ ਦੁਨੀਆ ਨੂੰ ਦੁੱਖ ਨਾ ਦਿੰਦੇ ਹੋਏ ਸਿਰਫ ਪਰਮਾਤਮਾ ਨਾਲ ਜੁੜੇ ਰਹਿੰਦੇ ਆ ਭਾਈ ਆ ਸੀਗੀ ਕਿਕਰ ਕਵਤਾ ਅਧਿਆਤਮਕ ਰਚਨਾ ਹੈ ਕਿਦਰ ਤੁਸੀਂ ਕਿਕਰ ਕਿਕਰ ਠੋਕੀ ਜਾਓ ਤੁਰੇ ਕਿਕਰ ਵੱਧ ਗਿਆ ਉੱਤੇ ਵੱਧ ਗਿਆ ਕਿਕਰ ਉੱਤੇ ਚਲਾ ਗਿਆ ਹੋਰ ਵੱਧ ਗਿਆ ਆਪਾਂ ਉੱਤੇ ਜਾਣਾ ਹੈ ਸੋਚ ਨੂੰ ਉੱਪਰ ਲੈ ਜਾਣਾ ਹੈ ਪਰਮਾਤਮਾ ਦੀ ਤਰਫ ਅਧਿਆਤਮਕ ਰਚਨਾ ਇਸ ਗੱਲ ਦਾ ਖਾਸ ਧਿਆਨ ਰੱਖਿਓ ਕਿਕਰ ਹੀ ਕਿਕਰ ਕਿਧਰ ਕਰੀ ਜਾਓ ਠੀਕ ਹੈ ਨਾ ਤਾਂ ਇਸ ਬਾਰੇ ਖਾਸ ਧਿਆਨ ਰੱਖਣਾ ਜਿਸ ਤਰੀਕੇ ਨਾਲ ਮੈਂ ਦੱਸਿਆ ਹੋਇਆ ਉਸ ਤਰੀਕੇ ਨਾਲ ਤੁਸੀਂ ਕਰਨਾ ਹੈਗਾ ਕਈ ਥਾਂ ਪਾਸਬੁੱਕਿਆ ਹੋਰ ਕਿਸੇ ਥਾਂ ਕਈ ਜਿਹੜੀ ਵੀ ਆਖਿਆਵਾਂ ਨੇ ਉਹ ਗਲਤ ਕੀਤੀਆਂ ਦੀਆਂ ਤੇ ਉਹਨਾਂ ਨੂੰ ਥੋੜਾ ਧਿਆਨ ਰੱਖਣਾ ਹੈ ਭਾਈ ਠੀਕ ਹੈ ਭਾਈ ਧੰਨਵਾਦ